ਤੁਸੀਂ ਵੇਖ ਰਹੇ ਹੋ ਏਬੀਪੀ ਸਾਂਝਾ ਜੋਸ਼ ਜਜ਼ਬਾ ਜਨੂਨ ਫਿਲਮ ਔਰ ਵੈਬ ਸੀਰੀਜ਼ ਆਰ ਕਾਈਂਡ ਆਫ ਸੇਮ ਬਟ ਇਹ ਜੋ ਐਕਸਪੀਰੀਅੰਸ ਹੈ ਨਾ ਇਹ ਟੋਟਲੀ ਅਭੀ ਤੱਕ ਦਾ ਡਿਫਰੈਂਟ ਹੈ ਛੋਟ ਜਿਹਾ ਨੇ ਨੇ ਦੋ ਦੋ ਘੰਟੇ ਲੇਟਾਂ ਹੁੰਦੀਆਂ ਯਾਰ ਬੜਾ ਕੰਮ ਔਖਾ ਹੈਗਾ ਬਾਪ ਕਾ ਦਾਦਾ ਕਾ ਭਾਈ ਕਾ ਸਭ ਕਾ ਬਦਲਾ ਲੇਗਾ ਰੇ ਤੇਰਾ ਫੈਜ਼ਲ ਮੈਨੂੰ ਪਤਾ ਨਹੀਂ ਮੈਂ ਕਿ ਸੋਚ ਰਹੀ ਹੁਣੀ ਇਹਨੇ ਗਾਣੇ ਸੁਣੇ ਵੀ ਹੁਣੇ ਮਣ ਕਦੇ ਨਾ ਸਭ ਕੁਝ ਲਾਈਫ ਮੇ ਇਤਨਾ ਈਜ਼ੀ ਵੀ ਨਹੀਂ ਹੁੰਦਾ ਹੈ ਸਾਰਾ ਕੁਝ ਈਜ਼ੀ ਹੀ ਹੁੰਦਾ ਹੈ ਤਾਂ ਨੇ ਜੀ ਲਾਈਫ 'ਚ ਲਾਈਫ ਤਾਂ ਬੜੀ ਕੂਲ ਤੇ ਸਿੰਪਲ ਹੈਗੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਮੋਨਿਕਾ ਸ਼ਰਮਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਜੈਜ਼ ਅਤੇ ਤੁਸੀਂ ਦੇਖ ਰਹੇ ਹੋ ABP ਸਾਂਝਾ ਯੈਸ ਤੋ ਆਪਕਾ ਦਿਨ ਕੈਸਾ ਜਾ ਰਿਹਾ ਹੈ ਗੁਰਜੈਜ਼ ਦਿਨ ਬਹੁਤ ਵਧੀਆ ਦੇਖੋ ਜਿੱਦਾਂ ਹੈਲੋ ਹੈਲੋ ਖੜ ਜੋ ਮੈਨੂੰ ਪਤਾ ਤੁਸੀਂ ਗਾਣੇ ਵਾਲੇ ਪਾਸੇ ਹੁਣ ਫਿਲਮਾਂ ਵਾਲੇ ਪਾਸੇ ਆ ਗਏ ਵੈਬ ਸੀਰੀਜ਼ ਤੇ ਪਰ ਆਹ ਕੰਮ ਮੇਰਾ ਹੈ ਇਹ ਮੈਨੂੰ ਕਰ ਲੈਣ ਦੋ ਜਿਹੜੇ ਮੇਰੇ ਫੈਨਸ ਆ ਮੇਰੇ ਕਰਕੇ ਵੀ ਦੇਖਦੇ ਆ ਸੋ ਮੇਰੇ ਨਾਲ ਬੜਾ ਪਿਆਰਾ ਜਿਹਾ ਮੁੰਡਾ ਗੁਰਜੈਜ਼ ਜਿਹੜੀ ਐਂਟਰੀ ਮਾਰ ਰਿਹਾ ਵੈਬ ਸੀਰੀਜ਼ ਦੇ ਨਾਲ ਐਂਡ ਅ ਵੈਰੀ ਬਿਊਟੀਫੁਲ ਮੋਨਿਕਾ ਸ਼ਰਮਾ ਜਿਹੜੇ ਡੇਲੀ ਸੋਪ ਕਰਦੇ ਪੰਜਾਬ 'ਚ ਆ ਗਏ ਨੇ ਵੈਲਕਮ ਟੂ ਪੰਜਾਬ ਕੀ ਹਾਲ ਚਾਲ ਆਈ ਐਮ ਵੈਰੀ ਵੈਲ ਹਾਊ ਆਰ ਯੂ ਮੈਂ ਬਹੁਤ ਘੈਂਟ ਆਲਵੇਸ ਤਰ੍ਹਾਂ थैंक यू ਆਪਾਂ ਹਮੇਸ਼ਾ ਘੈਂਟ ਹੁੰਦੇ ਤੁਹਾਨੂੰ ਘੈਂਟ ਵਰਡ ਪਤਾ ਹੈ ਯੈਸ ਵੈਰੀ ਗੁੱਡ ਮੈਨੂੰ ਸਭ ਪਤਾ ਹੈ ਜੀ ਅੱਛਾ ਹੁਣੇ ਪਤਾ ਲੱਗ ਜਾਏਗਾ ਵੀਰੇ ਵੈਬ ਸੀਰੀਜ਼ ਕਿਹਦੇ ਨਾਲ ਚੱਲ ਰਹੀ ਹੈ ਸਭ ਪਤਾ ਲੱਗ ਗਿਆ ਵੀਰੇ ਮੈਨੂੰ ਇਹ ਦੱਸੋ ਤੁਸੀਂ ਪਹਿਲਾਂ ਕਿਹੜੇ ਵੜ ਇਹਨਾਂ ਨੂੰ ਜਿਹੜੇ ਫੰਬਲ ਮਾਰਦੇ ਜਿੱਥੇ ਅੜਦੇ ਪੰਜਾਬੀ ਟਿਪੀਕਲ ਝੂਠ ਨਾ ਬੋਲੋ ਆਪ ਹੀ ਦੱਸਣਗੇ ਇਹ ਜੋ ਦੱਸਣਾ ਤੁਸੀਂ ਬੁਲਵਾ ਦਿਓ ਮੇਰੇ ਨਾਲ ਕੁਝ ਵੀ ਨਹੀਂ ਕੋਈ ਇਦਾਂ ਦਾ ਵਰਡ ਪੰਜਾਬੀ ਦਾ ਬਹੁਤ ਠੇਠੇ ਤੁਸੀਂ ਹਮੇਸ਼ਾ ਅੜਦੇ ਹੋ ਐਦਾਂ ਤਾਂ ਕੋਈ ਵੀ ਨਹੀਂ ਆਏਗਾ ਜੀ ਮੈਂ ਦਿੱਲੀ ਤੋਂ ਆ ਤਾਂ ਮੈਨੂੰ ਤਾਂ ਆਉਂਦੀ ਆ ਬੇਸਿਕ ਵਾਲੀ ਐਦੀ ਕੋਈ ਗੱਲ ਗੁਰਜੈਸ ਤਾਂ ਠੇਠ ਪੰਜਾਬੀ ਸਾਰਿਆਂ ਨੂੰ ਪਤਾ ਹਨਾ ਟਿਪੀਕਲ ਪੰਜਾਬੀ ਟੋਨ ਹੈ ਗੁਰਜੈਸ ਕੋਲੋਂ ਕਿਹੜੇ ਕਿਹੜੇ ਪੰਜਾਬੀ ਦੇ ਵਰਡ ਸਿੱਖੇ ਮੈਨੇ ਜਲਵਾ ਨਹੀਂ ਨਾਟ ਜਲਵਾਈਟਸ ਜਲਵਾ ਜਲਵਾ ਕੀ ਹੁੰਦਾ ਜਲਵਾ ਹੁੰਦਾ ਗੁਰਜੈਸ ਗੁਰਜੈਸ ਹੁੰਦਾ ਜਲਵਾ ਕਿੱਦਾਂ ਲੱਗਦਾ ਗੁਰਜੈਸ ਗਾਣੇ ਕਰਦੇ ਕਰਦੇ ਅਸੀਂ ਪਹਿਲਾਂ ਗੱਲ ਕਰਦੇ ਹੁੰਦੇ ਸੀ ਤੁਸੀਂ ਥੀਏਟਰ ਕੀਤਾ ਹਨਾ ਤੇ ਆਪਾਂ ਇੱਕ ਇੰਟਰਵਿਊ ਵੀ ਕੀਤੀ ਸੀ ਜਿੱਥੇ ਗੱਲ ਹੋਈ ਸੀ ਦੇਖੋ ਇੰਟਰਵਿਊ ਕਿੰਨੇ ਭਾਗਾਂ ਵਾਲੀ ਸੀਗੀ ਹਨਾ ਤੇ ਸਾਰਿਆਂ ਨੇ ਵੈਬ ਸੀਰੀਜ਼ ਤੁਹਾਨੂੰ ਦਵਾਤੀ ਹੈ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਐਕਸਪੀਰੀਅੰਸ ਜਾ ਰਿਹਾ ਹੈਗਾ ਆਲਮੋਸਟ ਸਾਨੂੰ 7-8 ਦਿਨਾਂ 'ਚ ਸ਼ੂਟ ਕਰਦੇ ਹਨ ਅਤੇ ਬਹੁਤ ਟੀਮ ਤਾਂ ਅਸੀਂ ਚਲੋ ਗੱਬਰ ਬਾਈ ਹੋਣੀ ਸਾਰੇ ਅਸੀਂ ਬਹੁਤ ਅੱਜ ਤੋਂ 14-15 ਸਾਲ ਤੋਂ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂਗੇ ਅਤੇ ਇੱਕ ਤਰ੍ਹਾਂ ਦੇ ਫੈਮਿਲੀ ਦੇ ਕੋਈ ਕੰਮ ਕਰ ਰਹੇ ਹਾਂਗੇ ਅਤੇ ਬਹੁਤ ਵਧੀਆ ਐਕਸਪੀਰੀਅੰਸ ਜਾ ਰਿਹਾ ਹੈਗਾ ਨਵਾਂ ਸੀ 1-2 ਦਿਨ ਮੈਨੂੰ ਥੋੜ੍ਹਾ ਜਿਹਾ ਹੋਇਆ ਵੀ ਇਹ ਕਿਉਂਕਿ ਗਾਣੇ ਦੀ ਸ਼ੂਟਿੰਗ ਦਾ ਅਤੇ ਆਪਾਂ ਫਿਲਮ ਕਹਿ ਲਈਏ ਜਾਂ ਵੈਬ ਸੀਰੀਜ਼ ਕਹਿ ਲਈਏ ਥੋੜ੍ਹਾ ਜਿਹਾ ਫਰਕ ਹੁੰਦਾ ਕਿਉਂਕਿ ਗਾਣੇ ਦਾ ਜੇ ਸ਼ੂਟ ਚੱਲਦਾ ਉਹ ਬੜਾ ਠਾ ਮਤਲਬ ਕਿ ਐਂ ਫਾਸਟ ਜਿਹਾ ਹੁੰਦਾ ਇਹ ਅਤੇ ਮੈਂ 2 ਦਿਨ ਦੇਖਿਆ ਯਾਰ ਵੀ ਛੋਟ ਜਿਹਾ ਲੈਂਦੇ ਹਾਂ 2-2 ਘੰਟੇ ਲੇਟਾਂ ਹੁੰਦੀਆਂ ਯਾਰ ਬੜਾ ਕੰਮ ਔਖਾ ਹੈਗਾ ਪਰ ਮੈਨੂੰ ਸੱਚੀ ਪਹਿਲਾਂ ਇਹ ਹੁੰਦਾ ਸੀ ਵੀ ਸੌਖਾ ਕੰਮ ਹੀ ਆ ਵੀ ਸਟੇਜਾਂ 'ਤੇ ਜਦੋਂ ਅਸੀਂ ਗਾਉਂਦੇ ਹਾਂ ਜਾ ਕੇ 2-2 ਘੰਟੇ ਵੀ ਉਹ ਔਖਾ ਹੈ ਵੀ ਆਹ ਸ਼ੂਟ ਜੇ ਕਰਨੇ ਸੌਖੇ ਨੇ ਪਰ ਜਦੋਂ ਆਹ ਹੁਣ ਸ਼ੂਟ ਕੀਤਾ ਤਾਂ ਇਹ ਵੀ ਸੌਖਾ ਨਹੀਂ ਹੈਗਾ ਇਹ ਵੀ ਬਹੁਤ ਮਿਹਨਤ ਵਾਲਾ ਕੰਮ ਆ ਇੱਕ ਚੀਜ਼ ਦੇ ਪ੍ਰੋਜੈਕਟ ਦੇ ਪਿੱਛੇ ਇੰਨੀ ਜ਼ਿਆਦਾ ਟੀਮ ਹਾਰਡਵਰਕ ਈਵਨ ਕਿ ਚਲੋ ਲੋਕਡਾਊਨ ਕਰਕੇ ਓਨੀ ਨਹੀਂ ਟੀਮ ਹੈਗੀ ਜਿੰਨੀ ਵੀ ਸਰਕਾਰ ਨੇ ਸਾਨੂੰ ਕਿਹਾ ਹੋਇਆ ਵੀ ਇੰਨੇ ਬੰਦੇ ਮਤਲਬ 50 ਪਤਾ ਨਹੀਂ ਕਿੰਨੇ ਬੰਦੇ ਅਸੀਂ ਉਹ ਦਿੱਤੀ ਪਰਮਿਸ਼ਨ ਹੈਗੀ ਤੋ ਵਧੀਆ ਮੈਨੇਜ ਕਰਕੇ ਬਹੁਤ ਵਧੀਆ ਐਕਸਪੀਰੀਅੰਸ ਜਾ ਰਿਹਾ ਲੱਗਦਾ ਮੈਨੂੰ ਇਧਰਲੇ ਪਾਸੇ ਨੂੰ ਚਾਹੀਦਾ ਇਧਰ ਫਰੇਮ ਜ਼ਿਆਦਾ ਸੋਹਣਾ ਆ ਰਿਹਾ ਪਿੱਛੇ ਬਾਰਿਸ਼ ਹੋ ਰਹੀ ਆ ਮੌਸਮ ਬਹੁਤ ਸੋਹਣਾ ਤੇ ਪਤਾ ਕੀ ਹੁੰਦਾ ਜਦੋਂ ਇੱਕ ਕਪਲ ਦੀ ਐਂਟਰੀ ਹੁੰਦੀ ਹੈ ਜਾਂ ਰਿਲੇਸ਼ਨ ਦੇ ਵਿੱਚ ਹੁੰਦਾ ਜਦੋਂ ਇੱਕ ਬੇਸਿਕਲੀ ਬੰਦਾ ਮੁੰਡਾ ਪੰਜਾਬੀ ਬੋਲਦਾ ਹੋਵੇ ਕੁੜੀ ਹਿੰਦੀ ਬੋਲਦੀ ਹੋਵੇ ਤੇ ਜਦੋਂ ਰਿਲੇਸ਼ਨ ਨੇਪਰੇ ਚੜ ਜਾਂਦਾ ਨਾ ਤੇ ਇੱਕ ਬੰਦਾ ਹਿੰਦੀ ਬੋਲਣ ਲੱਗ ਜਾਂਦਾ ਜਾਂ ਪੰਜਾਬੀ ਬੋਲਣ 'ਚ ਲੱਗ ਜਾਂਦਾ ਹੁਣ ਕੌਣ ਹਿੰਦੀ ਬੋਲਣ ਲੱਗ ਪਿਆ ਤੇ ਕੌਣ ਪੰਜਾਬੀ ਬੋਲਣ ਲੱਗ ਪਿਆ ਪੰਜਾਬੀ ਬੋਲਣ ਲੱਗ ਪਈ ਆਈ ਥਿੰਕ ਇਹ ਤਾਂ ਕਭੀ ਨਹੀਂ ਬੋਲ ਸਕਦਾ ਹਿੰਦੀ ਮੈਨੇ ਇਸੇ ਬੋਲਾ ਵੀ ਹੈ ਤੋ ਹੀ ਸੇਜ਼ ਕਿ ਇਸਕੋ ਹਿੰਦੀ ਲਿਖਣੀ ਆਤੀ ਹੈ ਬਟ ਹੀ ਕੈਨਟ ਸਪੀਕ ਅੱਛਾ ਹਮ ਕੋਈ ਆਪਾਂ ਕੋਈ ਲਾਈਨ ਦੇ ਗੁਰਜੈਵ ਨੂੰ ਹਿੰਦੀ ਦੇ ਵਿੱਚ ਹਾਂ ਦੇ ਜੋ ਤੁਸੀਂ ਦਿਓ ਸੌਖੀ ਜੀ ਨਹੀਂ ਹਾਂ ਮੈਂ ਤੁਹਾਡੇ ਬੱਚੇ ਕੀ ਮਾਂ ਬਣਨੇ ਵਾਲੀ ਹਾਂ ਇਹ ਡਾਲੋ ਮੇਰੇ ਮਨ ਮੇ ਥਾ ਇਹ ਤਾਂ ਮਤਲਬ ਬੋਲ ਯਾਰ ਕੋਈ ਐਦਾਂ ਦੀ ਜਿਹੜਾ ਨਹੀਂ ਕੋਈ ਮੁੰਡਾ ਬੋਲ ਸਕਦਾ ਹੋਵੇ ਮੈਂ ਤੇਰੇ ਮੈਂ ਸੀਨ ਕ੍ਰੀਏਟ ਕਰਦਾ ਆਪ ਤੁਸੀਂ ਹਿੰਦੀ ਚ ਬੋਲਣਾ ਕਿ ਮੈਂ ਤੁਹਾਡੇ ਬੱਚੇ ਕੀ ਮਾਂ ਬਣਨੇ ਵਾਲੀ ਹਾਂ ਇਹਨਾਂ ਨੇ ਸੁਣ ਤੋ ਲੋ ਮੈਂ ਬੋਲੂੰਗਾ ਮੈਂ ਤੁਹਾਡੇ ਬੱਚੇ ਦਾ ਬਾਪ ਬਣਨੇ ਵਾਲਾ ਇਹਨਾਂ ਨੇ ਹਿੰਦੀ ਚ ਰਿਪਲਾਈ ਕਰਨਾ ਠੀਕ ਹੈ ਕਿ ਉਹ ਗਲਤ ਸਿਚੁਏਸ਼ਨ ਕਿਵੇਂ ਹੈਂਡਲ ਕਰਦੇ ਨੇ ਪਹਿਲੇ ਤੁਸੀਂ ਉਧਰ ਦੇਖੋ ਪੂਰਾ ਸੀਨ ਦੇਣਾ ਗੁਰਜੈਜ਼ ਮੈਂ ਤੁਹਾਡੇ ਬੱਚੇ ਕੀ ਮਾਂ ਬਣਨੇ ਵਾਲੀ ਹਾਂ ਚਲ ਬਧਾਈਆਂ ਤੈਨੂੰ ਲੱਡੂ ਲੁੱਡੂ ਵੰਡ ਜਾ ਕੇ ਨਹੀਂ ਨਹੀਂ ਪੂਰਾ ਫਿਲਮ ਹੀ ਵਾ ਹਿੰਦੀ ਹਿੰਦੀ ਕਾ ਗਈ ਹਿੰਦੀ ਕਾ ਗਈ ਕੈਮਰਾ ਟੇਕ 2 ਐਕਸ਼ਨ ਗੁਰਜੈਜ਼ ਮੈਂ ਤੁਹਾਡੇ ਬੱਚੇ ਕੀ ਮਾਂ ਬਣਨੇ ਵਾਲੀ ਹਾਂ ਯਾਰ ਕੋਈ ਯਾਰ ਹੋਰ ਗੱਲ ਕਰ ਲੋ ਯਾਰ ਕੋਈ ਯਾਰ ਐਕਚੁਅਲੀ ਵੀ ਹੋਰ ਗੱਲ ਕਰ ਲਈਏ ਚਲੋ ਇੱਦਾਂ ਕਰਦੇ ਹਾਂ ਮੇਰੇ ਕੋਲ ਕੁਛ ਡਾਇਲੋਗ ਹੈਗੇ ਹਨਾ ਆਪਾਂ ਉਹ ਡਾਇਲੋਗ ਟਰਾਈ ਕਰਦੇ ਹਾਂ ਸੋ ਮੈਂ ਸਪੈਸ਼ਲ ਨੋਟ ਕਰਕੇ ਆਇਆ ਸੋ ਆਪਾਂ ਕੈਰੇਕਟਰ ਉਹਦੇ ਵਿੱਚ ਚੇਂਜ ਕਰ ਦਾਂਗੇ ਆਪਾਂ
ਨਹੀਂ ਹਿੰਦੀ ਤੁਹਾਨੂੰ ਇਹ ਚ ਮਿਲੂਗੀ ਮੇਰੀ ਬੋਲੀ ਹੋਈ ਹਾਂ ਵੀ ਇੰਗਲਿਸ਼ ਵੀ ਕਾਫੀ ਬੋਲੀ ਹੋਈ ਹੈ ਮੈਂ ਅੱਛਾ ਤੋ ਹਿੰਦੀ ਚ ਕੀ ਬੋਲਿਆ ਵੈਸੇ ਉਹ ਡਾਇਲੋਗ ਫਿਰ ਉਹ ਸਵਾਦ ਖਰਾਬ ਹੋ ਜਾਣਾ ਥੋੜਾ ਜਿਵੇਂ ਉਹ ਹੁਣ ਡਾਇਲੋਗ ਸੁਣਾਤੇ ਜਿਹੜਾ ਹੁਣ ਤੁਹਾਡਾ ਕੈਰੈਕਟਰ ਹੈਗਾ ਉਹ ਕ੍ਰਾਈਮ ਪੈਟਰੋਲ ਜਿਹੜੇ ਹੋਸਟ ਹੁੰਦੇ ਨਾ ਗੌਰ ਸੇ ਦੇਖੀ ਜਿਹੜਾ ਜਾਂ ਸਨਸਨੀ ਵਾਲਾ ਉਹ ਕੈਰੈਕਟਰ ਹੈ ਐਂਡ ਤੁਹਾਡਾ ਕੈਰੈਕਟਰ ਹੈਗਾ ਟੈਲੀ ਸ਼ਾਪਿੰਗ ਹਾਊਸ ਦਾ ਠੀਕ ਹੈ ਔਰ ਡਾਇਲੋਗ ਹੈਗਾ ਬਾਪ ਕਾ ਦਾਦਾ ਕਾ ਭਾਈ ਕਾ ਸਭ ਕਾ ਬਦਲਾ ਲੇਗਾ ਰੇ ਤੇਰਾ ਫੈਜ਼ਲ ये मेरा है हाँ ये आपने बोलना है टेली शॉपिंग हाउस के किरदार मैं भी यही बोलना कि मेरा होर हूँ तुसी क्राइम पेट्रोल अच्छा बाप का दादा का भाई का सब का बदला लेगा रे तेरा फैजल क्या खूब है यार क्या खूब है और तुसी सेम बोलना है क्राइम पेट्रोल हाउस के कुछ यही हाँ सेम डाला क्राइम पेट्रोल वाले याद करना है क्राइम पेट्रोल वाले उधर बावा ये कट कर बोल देना बाप का ਦਾਦਾ ਕਾ ਯਾਰ ਇਹਨਾਂ ਦਾ ਕੰਮ ਹੈ ਇਹ ਨਹੀਂ ਸਾਡਾ ਨਹੀਂ ਹੈ ਗਾਣੇ ਗੁਣੇ ਸੋਖੇ ਆ ਗਾਣੇ ਨਹੀਂ ਔਖਾ ਉਹ ਵੀ ਹੈ ਪਰ ਠੀਕ ਹੈ ਆਪਾਂ ਆਪਾਂ ਗੁਰਜੈਸ ਤੋਂ ਕੋਈ ਗਾਣਾ ਸੁਣ ਲਿਆ ਕਿ ਡਾਇਲੋਗ ਨਹੀਂ ਆ ਰਿਹਾ ਤਾਂ ਗਾਣਾ ਆਪਣਾ ਆਪਕਾ ਲਾਸਟ ਗਾਣਾ ਕੌਨ ਸਾ ਥਾ ਮੈਨੂੰ ਪਤਾ ਨਹੀਂ ਮੈਂ ਕਿਹਾ ਸੋਚ ਰਹੀ ਹੁਣੀ ਇਹਨੇ ਗਾਣੇ ਸੁਣੇ ਵੀ ਹੋਣੇ ਮੈਂ ਕਦੇ ਨਾ ਤੁਹਾਨੂੰ ਆਪਾਂ ਗੁਰਜੈਸ ਦੇ ਨਾਲ ਵੈਬ ਸੀਰੀਜ਼ ਕਰਨ ਤੋਂ ਪਹਿਲਾਂ ਗੁਰਜੈਸ ਬਾਰੇ ਪਤਾ ਸੀਗਾ ਉਹਦੇ ਕਿਹੜੇ ਕਿਹੜੇ ਗਾਣੇ ਆ ਜੋ ਗੁਰਜੈਸ ਦਾ ਕੰਮ ਕੀ ਹੈ ਹਾਂ ਪੁੱਛ ਲਓ ਹੁਣ ਪਤਾ ਹੈ ਪਹਿਲਾਂ ਤਾਂ ਚਲੋ ਛੱਡੋ ਪਤਾ ਹੀ ਨਾ ਕੀ ਗਾਣੇ ਸੁਣ ਰਿਹਾ ਸੀ ਕਿਹੜੇ ਕਿਹੜੇ ਗਾਣੇ ਆ ਹਿੱਟ ਸੌਂਗ ਗੁਰਜੈਸ ਹਿੱਟ ਸੌਂਗ ਤੋਂ ਮੈਨੇ ਦੇਖਾ ਤਾਂ ਬਟ ਮੈਂ ਕਹਾਂ ਨਾਮ ਭੁੱਲ ਗਈ ਉਸ ਦਾ ਨਹੀਂ ਸੀਗਾ ਮੈਨੇ ਇਹ ਨੇ ਤਿੰਨ ਇੱਕ ਦਿਨ ਪਹਿਲਾਂ ਜਦੋਂ ਇਹ ਗੱਡੀ 'ਚ ਜਾ ਰਹੀ ਸੀ ਉਹਦੇ ਨੇ ਸਟੋਰੀ ਭੇਜੀ ਸੀ ਮੈਨੂੰ ਉਹਦੀ ਸਟ੍ਰੀਕ ਭੇਜੀ ਸੀ ਕਿਹੜਾ ਗਾਣਾ ਸੀਗਾ ਮੈਂ ਬਸ ਨਾਮ ਭੁੱਲ ਗਈ ਮੈਨੇ ਲੇਕਿਨ ਦੇਖਾ ਹੈ ਜੱਟ ਨਾਲ ਯਾਰੀ ਲਾ ਲੈ ਜੱਟੀਏ ਫੁੱਲ ਗਾਰੰਟੀ ਹੰਡਣ ਦੀ ਜੱਪਾ ਗੁਰਜੈਸ ਕੋਲ ਸੌਂਗ ਲਈ ਤੁਸੀਂ ਐਕਟ ਕਰ ਦਿਓ ਮੈਂ ਗੁਰਜੈਸ ਲਈ ਕਿਹਾ ਤੁਸੀਂ ਐਕਟ ਕਰ ਦਿਓ ਗੁਰਜੈਸ ਕੋਲ ਗਾਣਾ ਸੁਣ ਲੈਂਦੇ ਆਪਾਂ मैं गुरजैस के लिए एक्ट कर दूं तो मैं वही कर देती हूं जो आपने उसको एक्ट दिया था ओके हां चलो जी को पता नहीं है एक्चुअली क्या लिरिक्स है बट आई विल ट्राई सोने रंगिए सोना पाया फिक्का लगदा तेरे नी चौबर मारदा फिरदा वेख ले विच सपैनो गेड़े नी बोल बाणी तो टच बठिंडा शुरू तो भन दे आए आ हिंडा संजे दत्त दे फैन गोरिए जट्टी फैन रवीना टंडन दी जट नाल यारी ला लै जट्टीए फुल गारंटी हंडन दी सौ खाने ऐश करेंगी जिदा राणी लंडन दी चलो हुण तुहानू इक होर डायलॉग दिंदे आपां बड़ा फेमस डायलॉग सीगा आएंगे मेरे करण अर्जुन जरूर आएंगे ये तुसी बोलना है पर हुण कैरेक्टर ए है जिहड़ा गल गल च गल भुल जांदा है जिहदा क्या जो बात बात में बात भूल जाता है अच्छा, वो कैरेक्टर ठीक है हां आएंगे मेरे 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 करण अर्जुन आएंगे करण अर्जुन आएंगे जरूर आएंगे जरूर आएंगे जरूर आएंगे जरूर आएंगे जरूर आएंगे यही है क्या मैं इदा ही भुलन वाले ही बोलने आएंगे मेरे करण अर्जुन जरूर आएंगे जलवायु इनकलेव जिहड़ा अपना लॉकडाउन अपना हंडाया सारिया ने हजे भी थोड़ा चल कित ना कि हंडाई जाने गए जो भी काम कर जिन्हें रुके हुए हैं बेसिकली लॉकडाउन के उत्ते पोस्टर चैक किया होना साड़ी वैब सीरीज़ का जो आया जलवायु इनकलेव द लॉकडाउन लव स्टोरी तो ये लॉकडाउन के कुड़ी दिल्ली तो पहली बार आँदी आ चंडीगढ़ किसी काम तो मुंडा घर के ना लड़ लुड़ के जिम्मे अपने पिंड वाले होंगे सारे भी चंडीगढ़ पढ़ना है जलवायु बहुत ही आपको नाम भी बता रहा होगा कितना सिंपल सा नाम है एलिमेंट्स के नाम है दो राइट 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 तो ये एक विजन है बेसिकली ये एक नजरिया है अब नज़रिया सबका अपना अपना अलग अलग होता है कोई इसको बुरा समझता है अच्छा समझता है ये एक नज़रिया है और किस टाइप का नज़रिया है बहुत ही सिंपल सी जो हर एक बंदा रिलेट कर सकता है अपने आप को इस स्टोरी से एंड जलवायु क्या है मेरी नज़र में जलवायु है
फ्रीडम आई थिंक इट्स टोटली फ्रीडम और मेरे कैरेक्टर के लिए भी फ्रीडम है और हर एक बंदा जो इस लॉकडाउन में लॉकडअप हो के भी फ्रीडम फील कर पाए. आप समझ रहे हैं, हमें गवर्नमेंट ने लॉक कर दिया, हम अपने काम पे नहीं जा सकते, बहुत सारी चीज़ें नहीं कर सकते, चार दीवारी में बंद है, लेकिन अगर उस दीवार के अंदर भी अगर हम फ्री हो सकते हैं, लिबर्टी महसूस कर सकते हैं, तो दैट इज़ जलवायु फॉर मी. एंड जो आप इंटरव्यू स्टार्ट नहीं किए तो मैंने एक वादा किया कि आप पंजाबी गल करा, मैं ट्राई करा हम पर हिंदी वाले प्लेटफॉर्म से. मैं थोड़े पंजाबी गल बात करूँगी. हम मैं चाहता कि असं बहुत शूटिंग देखी नहीं, कोई फिल्म का एक बड़ा पास वधिया सीन हो जो आपस किया हो सारे दर्शकों लिए करना चाहते हो. एक्चुअली हमारे दोनों पिछली इंटरव्यू से फायदा होया सीगा ता मिल गई अगली वेब सीरीज है ना, अगर हुन डायलॉग बोलेंगे फिल्म भी आ सकती है. फिल्म भी तुम बहुत जल्दी जल्दी जो देखने की जो सिनेमे खुल जाएंगे. फिलहाल फिलहाल जी कड़ी इस वेब सीरीज. एक्चुअली ज्यादा सीन्स अभी हमारे हुए नहीं है साथ में साडे ना, मतलब कि इदा मेरा फ्लैट जिम्मे वो वाला है वो सामने वो वीहा बन जाए जरा तुम जाके उधर देख गया सीगा वो इदा का ये मतलब कि कुड़ियों का फ्लैट जिम्मे सोहना सोना इदा का बनया हुआ मेरे वाला हो हजे मैं कल पहला शॉट ही सीगा जो मैं कुड़ी ना मतलब कि मेरी गलबात होगी पहली बार कल इतने आया सीगा तां कि साडे मोस्टली सीन ने जिहड़े कल्ले कल्ले वाले ही होए ने अजे तक वो तां करके कदों वाला कोई मेरे थोड़े ध्यान से इदा दसो. मैं बोल देती हूँ सब कुछ लाइफ इतना ईजी भी नहीं होता. आई स्टार्ट थोड़ी लाइन थोनू याद है? नहीं तो हमें ही लाइन नहीं याद है. ठीक है आई स्टार्ट. हाँ दो तीन लाइनें आई विल डू दैट. सब कुछ लाइफ में इतना ईजी भी नहीं होता है. सारा कुछ ईजी ही होंगे ताने जी लाइफ से. लाइफ तो बड़ी कूल तो सिंपल हैगी. लाइफ में सगो आप ही अपना आप ही पंगे पा पा के भसूड़ी पा पा के लाइफ को औखा बना लें. मस्ती करते रहते हैं, एक दूसरे की मिमिक करते रहते हैं और लाइट चली जाती है फिर आ जाती है. यही सब ट्राई कर दो मिमिक करना. कितना कर दो? मैंने तो भी कर दी थी सारी. यू जस्ट गेव मी टू मेनी सीन्स. आई डिड नॉट सेट पर पक्का कोई भसूड़ी पई है ना मैं थोड़ा दोनों नजर तो लग रहा नहीं उदा ही है. सैट से जो भी शूट पर चलते हैं जितने भी तुम भी शूटा जाने जाने देखते हैं उत्तर चलता ही रहा माड़ा माड़ा कुछ ना कुछ. ये सवाल तो मुझसे मतलब काफी बार हो चुका है तो मैं एक बार बताती हूँ क्योंकि वेब सीरीज का मुझे नहीं पता था. फिल्म और वेब सीरीज आर काइंड ऑफ सेम बट ये जो एक्सपीरियंस है ना ये टोटली अभी तक का डिफरेंट है बिकॉज ऑब्वियसली जिस टाइम में हम शूट कर रहे हैं वो टाइम काफ़ी डिफिकल्ट है और हम ऑलरेडी थोड़ा टाइम लेट हैं शूट करने में. एंड मतलब हम एक महीने पहले से मैं यहाँ पे आके बैठी थी एंड देन मैं क्वारंटीन हो गई थी. पूरी की पूरी यूनिट सारी की सारी तैयारी के बाद भी हम एकदम ऑन द गो पे एकदम आके रुके हुए थे. तो ये वैसे अदरवाइज आई नो कि फिल्म्स और वेब सीरीज का ऑलमोस्ट सेम होता है. सीरियल का थोड़ा डिफरेंट होता है और थोड़ा सा डिफिकल्ट भी होता है जब आपके बैंक्स खत्म हो जाते हैं तो डेली डेली आपका वो टाइम ऐसे गवर्नमेंट जॉब है सीरियल लाइक उसका आपका टाइम है 9 से 12 का ऐसे ऐसे करके ये वो. बाकी हाँ इट्स प्रीटी गुड इट्स नाइस एंड द बेस्ट पार्ट इज दिस इज पंजाब एंड आई एम हियर एंड या ओके मेरे कितने टाइम कितना कुड़ी ने सेट मैं तो तुम्हें पता मैं ये फायदा तो नहीं हुआ कि फ्लैट परे परे है ने दुखी वाले नसीब मुझे बहुत फायदा हुआ. नहीं फायदा ऐसा कुछ नहीं है. ही इज स्वीट. मैं नाजरा देख के ना दिन नाल पता हो गया. सो किदां दे रहे फ्रॉम मूवमेंट ते मैं चाहूंगा कि तुम दोनों नु बहुत सारी मुबारकां वेब सीरीज दे लई है ना तुसी आओ ते तुसी छा जाओ ते जान तो मैं थोड़ा वीरे गाना सुनाऊंगा. बहुत बहुत थैंक यू गाने तो पहला थोड़ा वीर जी ते एबीपी सांझे दी सारी टीम दा तुसी इत्थे अपना समय चो समा कड के आए साडे नाल गल्लां करन आए ते बहुत बहुत थैंक यू सो मच. एक बारी फिर मैं गाने सुनाने तो पहला माइंड अप करन तो पहला दस दियां कि बहुत सोहनी वैब सीरीज़ बना रहे हैं सारे जने बहुत मेहनत कर रहे हैं सारी टीम का बहुत बहुत धन्यवाद. दीपक थापर भीरा साढ़े जेडे किंग ने क्रू के राइटर भी ने डायरेक्शन भी दीपक थापर भीरे ने कर रहे हैं बहुत बाकमाल आर्टिस्ट ने बई होनी तो बहुत वधिया कर रहे हैं. तो गब्बर भीरा जेडे साढ़े प्रोड्यूसर ने द थिएटर आर्मी ग्रुप जो प्रोड्यूस कर रहे फिल्म नू ते होर सारी टीम जिनी भी है शोहेब भीरा साढ़े डी ओ पी साहब ईशान शर्मा भीरा बहुत वधिया टीम है बहुत वधिया प्रोजेक्ट आ रहा है तो फुल ऑन कमेडी थानू बहुत ज़्यादा पसंद आऊगी तो जल्दी लैके आवेंगे. विश गुड लक गेस्ट बोथ ऑफ यू है ना कि तुम आओ तो छा जाओ तो आप गाँव सुना मुंडा जट का
ਇੱਕੋ ਹੱਟ ਤੋਂ ਦਵਾਉਂ ਚੁੰਨੀ ਪੱਕ ਨਾਲ ਦੀ ਜੱਟ ਤਪਦਾ ਤੰਦੂਰ ਤੂੰ ਵੀ ਅੱਗ ਨਾਲ ਦੀ ਤੁਰੂੰਗਾ ਜਦੋਂ ਤਾਂ ਡਿੰਗ ਪਿੱਛੇ ਤੁਰੇਂਗੀ ਤੁਰੂੰਗਾ ਜਦੋਂ ਤਾਂ ਡਿੰਗ ਪਿੱਛੇ ਤੁਰੇਂਗੀ ਐਰ ਗੈਰ ਤੇਰਾ ਨਾ ਕੋਈ ਰਾਹ ਕੱਟਦਾ ਉਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਂਗੀ ਗੋਦੀ ਚੱਕਿਆ ਕਰੇਂਗੀ ਜਦੋਂ ਮੁੰਡਾ ਚੱਟਦਾ ਉਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਂਗੀ ਗੋਦੀ ਚੱਕਿਆ ਕਰੇਂਗੀ ਜਦੋਂ ਮੁੰਡਾ ਜੱਟਦਾ। ਥੈਂਕ ਯੂ ਸੋ ਮਚ। ਵੈਲ ਮੋਨਿਕਾ, ਜਦੋਂ ਆਪਾਂ ਅਗਲੀ ਵਾਰੀ ਮਿਲਾਂਗੇ ਨਾ ਮੈਂ ਤੁਹਾਡੇ ਕੋਲ ਪੰਜਾਬੀ ਦੇ ਵਰਡ ਹੋਰ ਸੁਣਨੇ। ਡਨ, ਪੱਕਾ ਡਨ, ਪੱਕਾ ਯਾਰ, ਕਹਿਣਾ ਤੁਸੀਂ। ਥੈਂਕ ਯੂ।